ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਜੀ ਨੇ ਇਸ ਲਈ ਅਸ਼ਟਪਦੀ ਦੇ ਚੌਥੇ ਪਦੇ ਦੁਆਰਾ ਮਨੁੱਖਤਾ ਦੀ ਹਾਲਤ ਨੂੰ ਬਿਆਨ ਕਰਦੇ ਹੋਏ ਪ੍ਰਮਾਣ ਕੀਤਾ ਰਤਨ ਤਿਆਗ ਕੌਡੀ ਸੰਗ ਰਚੈ ਰਤਨ ਮਹਿੰਗਾ ਹੁੰਦਾ ਕੌਡੀ ਸਸਤੀ ਹੁੰਦੀ ਹੈ ਆਪਾਂ ਬਾਣੀ ਪੜਾਂਗੇ ਸਿਰ ਕਹਿੰਦੇ ਨਾਮ ਰਤਨ ਹੈ ਛੱਡ ਦਿੱਤਾ ਕੌਡੀ ਸੰਗ ਰਚੈ ਮਾਇਆ ਨਾਲ ਰਚਿਆ ਪਿੱਛੇ ਹੋਇਆ ਹੁਣ ਸਤਿਗੁਰੂ ਜੀ ਨੇ ਇਸ ਗੱਲ ਦੀ ਵਿਆਖਿਆ ਬੜੀ ਸੌਖੇ ਜਿਹੇ ਸ਼ਬਦਾਂ ਚ ਕੀਤੇ ਹੋਏ ਫਰਮਾਇਆ ਸਾਚ ਛੋੜ ਝੋਟ ਸੰਗ ਮਚੈ ਸੱਚ ਨੂੰ ਛੱਡ ਦਿੱਤਾ ਔਰ ਝੂਠ ਦੇ ਨਾਲ ਇਹ ਰਚ ਮਿਚ ਗਿਆ ਪਾਪ ਕੇ ਝੂਠ ਨਾਲ ਖੁਸ਼ ਹੁੰਦਾ ਹੈ ਸੱਚ ਨਾਲ ਫੁੱਕ ਜਾਂਦਾ ਹੈ ਸੜ ਜਾਂਦਾ ਇਹ ਮਨੁੱਖ ਦੀ ਹਾਲਤ ਹੈ ਅਗਲੀ ਗੱਲ ਸਾਹਿਬ ਨੇ ਪ੍ਰਮਾਣਿਤ ਕੀਤਾ ਜੋ ਛੱਡਣਾ ਸਵਸਥ ਕਰ ਮਾਨਾ ਹੁਣ ਜਿਹੜੀ ਚੀਜ਼ ਛੱਡਣ ਵਾਲੀ ਹੈ ਉਹਨੂੰ ਇਹ ਸਮਝਦਾ ਵੀ ਇਹ ਸਦਾ ਰਹੂਗੀ ਜੋ ਹੋ ਮਨ ਸੋ ਦੂਰ ਪਰਾਨਾ ਅੱਛਾ ਜਿਹੜੀ ਹੋਣ ਵਾਲੀ ਹੈ ਦੂਰ ਪਰਾਨਾ ਉਹਨੂੰ ਸਮਝਦਾ ਦੂਰ ਹੈ ਹੁਣ ਕਿਹੜੀ ਹੈ ਜੀ ਹੋਣ ਵਾਲੀ ਜਿਹਨੂੰ ਆਪਾਂ ਨੇ ਦੂਰ ਸਮਝਿਆ ਹੋਇਆ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪ੍ਰਮਾਣ ਕੀਤਾ ਮੈਂ ਥੋੜਾ ਸੋਕਾ ਕਰਦੇ ਹਾਂ ਤੁਹਾਨੂੰ ਚਿੰਤਾ ਤਾਂ ਕੀ ਜੀਐ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਹੋਏ ਮੌਤ ਜਿਹੜੀ ਉਹ ਸੱਚ ਹੈ ਮਰਨਾ ਸੱਚ ਹੈ ਪਰ ਅਸੀਂ ਮੌਤ ਨੂੰ ਦੂਰ ਸਮਝਦੇ ਹਾਂ ਵੀ ਉਹਨੇ ਕਿਹੜਾ ਹੋਣਾ ਜਿੱਦਣ ਉਹ ਆਉਂਦੀ ਹੈ ਉਹ ਦਿਨ ਤੁਹਾਨੂੰ ਦੱਸਦੇ ਹੀ ਨਹੀਂ ਹੈ ਪੁੱਛਦੀ ਵੀ ਨਹੀਂ ਹੈ ਬਿਨਾਂ ਪੁੱਛਿਆ ਬਿਨਾਂ ਦੱਸਿਆ ਆਉਂਦੀ ਹੈ ਔਰ ਸਰੀਰ ਵਿੱਚੋਂ ਜਿੰਦ ਕੱਢ ਕੇ ਲੈ ਜਾਂਦੀ ਹੈ ਔਰ ਸਤਿਗੁਰੂ ਜੀ ਨੇ ਵਚਨ ਕੀਤਾ ਮਨੁੱਖ ਦੀ ਇਹ ਹਾਲਤ ਹੈ ਕਿ ਜੋ ਛੱਡਣਾ ਸੋ ਅਸਤਰ ਕਰਵਾਉਣਾ ਜੋ ਹੋਵਣ ਸੋ ਦੂਰ ਪਰਾਣਾ ਅਗਲੀ ਗੱਲ ਸਾਹਿਬ ਨੇ ਪ੍ਰਮਾਣ ਕੀਤਾ ਛੋੜ ਜਾਏ ਤਿਸਕਾ ਆਸ਼ਰਮ ਕਰੈ ਸੰਗ ਸਹਾਈ ਤਿਸ ਪਰ ਖਰੈ ਅੱਛਾ ਜਿਹੜੀ ਚੀਜ਼ ਛੱਡ ਕੇ ਜਾਣ ਵਾਲੀ ਹੈ ਉਹਦੇ ਵਾਸਤੇ ਬੰਦਾ ਮਿਹਨਤ ਕਰਦਾ ਗੱਡ ਵੀ ਮਿਹਨਤ ਕਰਦਾ ਰੁੱਝ ਵੀ ਮਿਹਨਤ ਕਰਦਾ ਉਹ ਜਿਹੜੀ ਨਾਲ ਰਹਿਣ ਵਾਲੀ ਹੈ ਨਾਲ ਨਿਭਣ ਵਾਲੀ ਹੈ ਸੰਗ ਸਹਾਈ ਇਸ ਪਰਖਰ ਹੈ ਪਰਖਰ ਤੋਂ ਪਾਪਾ ਸਿਖਰਦਾ ਹੁਣ ਤੁਸੀਂ ਕੁਝ ਨਹੀਂ ਕਰਨਾ ਵਿਚਾਰ ਕਰਨੀ ਵੀ ਕਿਹੜੀ ਚੀਜ਼ ਮੇਰੇ ਨਾਲ ਜਾਣ ਵਾਲੀ ਹੈ ਔਰ ਕਿਹੜੀ ਚੀਜ਼ ਮੈਂ ਛੱਡ ਕੇ ਜਾਣ ਵਾਲੀ ਜੇ ਤੁਸੀਂ ਸ਼ਬਦ ਦੀ ਬਾਣੀ ਪੜ੍ਹਦੇ ਹੋ ਸੁਣਦੇ ਹੋ ਸਮਝਦੇ ਹੋ ਫਿਰ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਜੋ ਤਨ ਉਪਜਿਆ ਸੰਗ ਸੋਪੀ ਸੰਗ ਨਾ ਕਰੋ ਇਹ ਸਰੀਰ ਨਾਲ ਦੇ ਲੈ ਕੇ ਆਏ ਹਾਂ ਪਰ ਲੈ ਕੇ ਨਹੀਂ ਜਾਣਾ ਕਿੱਥੇ ਰਹਿ ਜਾਏਗਾ ਕਿੰਨੇ ਰਹੇਗਾ ਅੱਛਾ ਜੇ ਸਰੀਰ ਇੱਥੇ ਰਹਿ ਗਿਆ ਫਿਰ ਸਰੀਰ ਦੇ ਨਾਲ ਇਕੱਠੀਆਂ ਕੀਤੀਆਂ ਹੋਈਆਂ ਚੀਜ਼ਾਂ ਨਾਲ ਜਾਣਗੀਆਂ ਨਿਭਣਾ ਤੇ ਫਿਰ ਪਰਮੇਸ਼ਰ ਦਾ ਨਾਮ ਹੈ ਪਰਮੇਸ਼ਰ ਦੀ ਯਾਦ ਹੈ
ਆਪਾਂ ਦੂਰ ਨਾ ਜਾਈਏ। ਅਸੀਂ ਇਸ ਸਰੀਰ ਦੇ ਨਾਲ ਮਿਹਨਤ ਕਰਕੇ ਘਰ ਭਰੇ ਹੋਏ ਨੇ, ਪਰ ਜਦੋਂ ਆਪਾਂ ਕਿਤੇ ਜਾਂਦੇ ਹਾਂ ਉਹ ਸਾਰੀਆਂ ਵਸਤੂਆਂ ਨਾਲ ਥੋੜ੍ਹੀ ਕਰਕੇ ਜਾਂਦੇ। ਕਈ ਵਾਰ ਤਾਂ ਬੰਦਾ ਕਹਿੰਦਾ ਨਾ ਭਾਰ ਪਾਉਣ ਚੱਕੂਗਾ ਛੱਡੋ ਪਰੇ, ਪਰ ਇੱਕ ਚੀਜ਼ ਦਾ ਭਾਰ ਨਹੀਂ ਹੈ, ਤੁਸੀਂ ਜਿੰਨਾ ਮਰਜ਼ੀ ਇਕੱਠਾ ਕਰਕੇ ਲਿਜਾ ਸਕਦੇ ਹੋ। ਉਹ ਹੈ ਰੱਬੀ ਬਾਣੀ ਦਾ ਗਿਆਨ, ਰੱਬੀ ਬਾਣੀ ਦਾ ਉਪਦੇਸ਼, ਰੱਬੀ ਬਾਣੀ ਦੀ ਸਿੱਖਿਆ। ਜਿੰਨੀ ਮਰਜ਼ੀ ਇਕੱਠੀ ਕਰਕੇ ਲੈ ਜਾਓ ਇਹਦਾ ਭਾਰ ਲੱਗਦਾ ਹੀ ਨਹੀਂ। ਉਹ ਹਜ਼ੂਰ ਨੇ ਬਚਨ ਕੀਤਾ, ਮਨੁੱਖ ਦੀ ਹਾਲਤ ਕੀ ਹੈ ਜੀ, ਛੁੱਟ ਜਾਏ ਤਿਸ ਕਾ ਕਰਮ ਕਰ ਸੰਗ ਸਖਾਈ ਤਿਸ ਪਰ ਕਰ। ਹੁਣ ਇਹਦੀ ਹਾਲਤ ਉਸ ਗਧੇ ਵਰਗੀ ਹੈ। ਕਿਹੜੇ ਜੀ, ਕਿਹੜੇ ਗਧੇ ਵਰਗੀ? ਮਾਲਕ ਨੇ ਬਚਨ ਕੀਤਾ, ਚੰਦਨ ਲੇ ਉਤਾਰੈ ਧੋਏ ਗਰਦਬ ਪ੍ਰੀਤ ਪਸਮ ਸੰਗ ਹੋਏ। ਜੇ ਗਧੇ ਤੇ ਚੰਦਨ ਦਾ ਲੇਪ ਕਰਦੀ ਹੈ ਨਾ, ਜਾਂ ਚੰਦਨ ਦੇ ਸਾਬਣ ਨਾਲ ਉਹਨੂੰ ਮਣ ਕੇ ਨਵਾ ਦਈਏ, ਉਹ ਕਹਿੰਦਾ ਮਜ਼ਾ ਨਹੀਂ ਆਇਆ। ਫਿਰ ਉਹਨੂੰ ਮਜ਼ਾ ਕਿਵੇਂ ਆਉਂਦਾ? ਗਰਦਬ ਪ੍ਰੀਤ ਪਸਮ ਸੰਗ ਹੋਏ, ਉਹਨੂੰ ਭਸਮ ਦੇ ਵਿੱਚ ਮਿੱਟੀ ਚ ਸਵਾਸ ਲੇਟ ਕੇ ਮਜ਼ਾ ਆਉਂਦਾ। ਸਾਡੀ ਹਾਲਤ ਵੀ ਇਹੀ ਹੈ, ਸਾਡੀ ਹਾਲਤ ਵੀ ਇਹੀ ਹੈ। ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਵਚਨ ਕੀਤਾ, ਅੰਧ ਕੋਪ ਮੈਂ ਪਤਤ ਬਿਕਰਾਲ ਨਾਨਕ ਕਾਢ ਲੇ ਪ੍ਰਭ ਦਿਆਲ। ਹੁਣ ਸਤਿਗੁਰੂ ਜੀ ਨੇ ਅਰਦਾਸ ਕੀਤੀ, ਇਹ ਮਨੁੱਖ ਬੜੇ ਭਿਆਨਕ ਡਰਾਵਣੇ ਖੂਹ ਚ ਡਿੱਗਾ ਹੋਇਆ, ਮਾਲਕ ਜੀ ਤੁਸੀਂ ਮਿਹਰ ਕਰਕੇ ਇਹਨੂੰ ਕੱਢ ਲਓ। ਜਿਵੇਂ ਮਾਂ ਕਹਿੰਦੀ ਹੈ ਨਾ, ਮੈਂ ਫਿਰ ਬਾਰ ਬਾਰ ਫਿਰ ਬੇਨਤੀ ਕਰ ਰਿਹਾ, ਗੁਰੂ ਮਾਂ ਹੈ ਤੇ ਮਾਂ ਵਿਚੋਲਗੀ ਕਰਦੀ ਹੈ ਔਲਾਦ ਔਰ ਪਿਓ ਦੇ ਵਿਚਕਾਰ। ਪਿਓ ਦੀਆਂ ਵਡਿਆਈਆਂ ਔਲਾਦ ਨੂੰ ਸਮਝ ਆਉਂਦੀ ਹੈ, ਪਰ ਔਲਾਦ ਦੇ ਜਿਹੜੇ ਔਗਣ ਹੁੰਦੇ ਆ ਉਹ ਪਿਤਾ ਨੂੰ ਦੱਸ ਕੇ ਕਹਿੰਦੀ ਹੈ ਕੋਈ ਨਾ ਜੀ ਮਾਫ ਕਰ ਦਿਓ, ਆਪਣਾ ਧੀ ਪੁੱਤ ਹੈ। ਐਵੇਂ ਸਤਿਗੁਰ ਕਹਿੰਦੇ ਨੇ ਮਾਲਕ ਜੀ ਇਹਨੂੰ ਤੁਸੀਂ ਬਾਹਰ ਕੱਢ ਦਿਓ। ਇਸ ਤੋਂ ਅੱਗੇ ਫਿਰ ਸਾਹਿਬ ਕੀ ਫਰਮਾਨ ਕਰਦੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ। ਅੱਛਾ ਜੀ, ਕਿੰਨੇ ਪਸ਼ੂ ਨੇ ਪਕਸ਼ੀ ਨੇ ਜਿਨ੍ਹਾਂ ਦਾ ਨਾਮ ਬਾਣੀ ਚ ਆਇਆ, ਔਰ ਕਿੰਨੇ ਹੀ ਉਹ ਪਸ਼ੂ ਤੇ ਪਕਸ਼ੀ ਨੇ ਜਿਨ੍ਹਾਂ ਦਾ ਨਾਮ ਲੈ ਕੇ ਬੰਦੇ ਨੂੰ ਸੰਬੋਧਨ ਕੀਤਾ ਜਾਂਦਾ। ਕਿੰਨੇ ਕੀਤਾ ਜਾਂਦਾ, ਕਿੰਨੇ ਪਕਸ਼ੀ ਨੇ? ਜੇ ਮੈਂ ਆਖਾਂ ਵੀ ਤੁਸੀਂ ਕਿੰਨਿਆਂ ਦੇ ਨਾਂ ਲੈ ਸਕਦੇ ਹੋ, ਬਸਾਂ ਦੋ ਚਾਰ। ਕੋਈ ਕੁੱਤੇ ਦਾ ਨਾਂ ਲੈ ਦੇਗਾ, ਗਧੇ ਦਾ ਨਾਂ ਲੈ ਦੇਗਾ, ਕਾਂ ਦਾ ਨਾਂ ਲੈ ਦੇਗਾ, ਇਸ ਤੋਂ ਅੱਗੇ ਹੋਰ ਵੀ ਬੜੇ ਨੇ। ਤੁਸੀਂ ਬਾਣੀ ਪੜ੍ਹ ਕੇ ਤਾਂ ਵੇਖ, ਸਤਿਗੁਰੂ ਜੀ ਨੇ ਬਾਂਦਰ ਦਾ ਵੀ ਜ਼ਿਕਰ ਕੀਤਾ, ਸਤਿਗੁਰੂ ਪਾਤਸ਼ਾਹ ਜੀ ਨੇ ਸੱਪ ਦਾ ਵੀ ਜ਼ਿਕਰ ਕੀਤਾ, ਸਤਿਗੁਰੂ ਜੀ ਨੇ ਸੂਰ ਦਾ ਵੀ ਜ਼ਿਕਰ ਕੀਤਾ, ਸਤਿਗੁਰੂ ਜੀ ਨੇ ਉੱਲੂ ਦਾ ਵੀ ਜ਼ਿਕਰ ਕੀਤਾ, ਸਤਿਗੁਰੂ ਜੀ ਨੇ ਹਾਥੀ ਦਾ ਵੀ ਜ਼ਿਕਰ ਕੀਤਾ, ਸਤਿਗੁਰ ਨੇ ਊਂਟ ਦਾ ਵੀ ਜ਼ਿਕਰ ਕੀਤਾ, ਝੋਕੇ ਦਾ ਵੀ ਜ਼ਿਕਰ ਕੀਤਾ, ਪੈਂਸੇ ਦਾ ਵੀ ਜ਼ਿਕਰ ਕੀਤਾ, ਫਿਰ ਕੁਝ ਕੀੜੀਆਂ ਮਕੌੜੀਆਂ ਦਾ ਵੀ ਜ਼ਿਕਰ ਕੀਤਾ। ਔਰ ਇਹ ਹਾਲਤ ਮਨੁੱਖ ਦੀ ਖਿਆਲ ਰੱਖਣਾ। ਸਾਹਿਬ ਕਹਿੰਦੇ ਨੇ ਕਰਤੂਤ ਪਸ਼ੂ ਕੀ, ਹੁਣ ਸਰੀਰ ਕਿਹੜਾ,
ਮਨੁੱਖਾਂ ਵਾਲਾ ਤੇ ਕੰਮ ਕਿਹੜੇ ਨੇ ਪਸ਼ੂਆਂ ਵਾਲੇ। ਇਸ ਕਰਕੇ ਤੇ ਕਹਿੰਦੇ ਕੁੱਤਾ ਹੈ ਜਾਂ ਕੁੱਤੇ ਦੀ ਪੂਛ ਹੈ। ਹੁਣ ਆਪਾਂ ਬੰਦੇ ਨੂੰ ਕਿਵੇਂ ਕੁੱਤੇ ਦੀ ਪੂਛ ਕਹਿੰਦੇ ਹਾਂ? ਆਪਾਂ ਬਾਣੀ ਪੜੀ ਸਾਹਿਬ ਕਹਿੰਦੇ ਸਵਾਰ ਪੂਛਿਓ ਪਿਓ ਨਾ ਸੁਧੋ ਬਹੁਤ ਯਤਨ ਮੈਂ ਕੀ ਨਾ। ਪਾਤਸ਼ਾਹ ਕਹਿੰਦੇ ਮੈਂ ਬੜਾ ਯਤਨ ਕੀਤਾ, ਕੁੱਤੇ ਦੀ ਪੂਛ ਸਿੱਧੀ ਨਹੀਂ ਹੋਈ। ਕਿ ਜੀ ਅਸੀਂ ਆਖੀ ਸਤਿਗੁਰੂ ਤੁਸੀਂ ਸਿੱਧੀ ਕਰਕੇ ਲੈਣਾ ਵੀ ਕੀ ਹੈ? ਕੁੱਤੇ ਦੀ ਪੂਛ ਹੈ ਵੀ ਕੀ ਰਵੇ ਡੇਢੀ ਰਵੇ, ਪਰ ਇਸ ਗੱਲ ਦਾ ਮੇਰੇ ਨਾਲ ਕੀ ਸੰਬੰਧ ਹੈ ਜੀ? ਇਹ ਜਿਹੜਾ ਮੰਨਦੇ ਆ ਨਾ ਕਿ ਕੁੱਤੇ ਦੀ ਪੂਛ ਹੈ ਇਹ ਵੀਂਗਾ ਦਾ ਵੀਂਗਾ ਰਹਿੰਦਾ, ਇਹ ਸਿੱਧਾ ਹੁੰਦਾ ਹੀ ਨਹੀਂ। ਮਨ ਕਹਿੰਦੇ ਮੈਂ ਮਨ ਨੂੰ ਬੜਾ ਸਿੱਧਾ ਕਰਨ ਦਾ ਯਤਨ ਕੀਤਾ, ਪਰ ਇਹ ਵੀਂਗੇ ਦਾ ਵੀਂਗਾ ਹੀ ਕੁੱਤੇ ਦੀ ਪੂਛ। ਇੱਥੇ ਬਸ ਨਹੀਂ ਹੈ ਗੱਲ। ਲੋਕੀ ਕੀ ਕਹਿੰਦੇ ਨੇ, ਲੋੜ ਵੇਲੇ ਗਧੇ ਨੂੰ ਵੀ ਪਿਓ ਬਣਾਉਣਾ ਪੈਂਦਾ ਹੈ ਕਿ ਨਹੀਂ? ਹੁਣ ਗਧਾ ਜਿਹੜਾ ਬੰਦਾ ਹੈ ਉਹਦੀ ਤੁਲਨਾ ਆਪਾਂ ਕਿਹੜੇ ਵਿਅਕਤੀ ਨਾਲ ਕਰਦੇ ਹਾਂ ਜਿਹਨੂੰ ਕਿਸੇ ਨੂੰ ਸਮਝ ਨਹੀਂ ਹੈ? ਕਹਿੰਦੇ ਗਧਾ ਹੈ, ਮੂਰਖ ਹੈ, ਨਾ ਸਮਝਿਆ ਤੁਸੀਂ ਪਤਾ, ਜਿਵੇਂ ਕਿ ਗਧੇ ਨੂੰ ਕੱਖ ਨਹੀਂ ਪਤਾ। ਸਾਧ ਸੰਗਤ ਜੀ ਘਬਿਆਰ ਨੂੰ ਪੁੱਛ ਕੇ ਵੇਖੋ ਗਧੇ ਦੀ ਕੀਮਤ, ਔਰ ਗਧਾ ਕਾਬੂ ਕਰਨਾ ਆਉਂਦਾ ਹੀ ਘਬਿਆਰ ਨੂੰ ਹੈ। ਤੇ ਮਨ ਕਹਿੰਦੇ ਮਨ ਸਾਡਾ ਗਧਾ, ਗਧਾ ਦੁਲੱਤੀਆਂ ਮਾਰਦਾ, ਮਨ ਵੀ ਸਾਡਾ ਦੁਲੱਤੀ ਮਾਰਦਾ। ਘਬਿਆਰ ਨੂੰ ਪਤਾ ਹੈ ਇਹਦੀ ਦੁਲੱਤੀ ਦੇ ਕਿਵੇਂ ਕਾਬੂ ਪਾਉਣਾ, ਠੀਕ ਐਸੇ ਢੰਗ ਨਾਲ ਬਾਣੀ ਪੜਨ ਵਾਲੇ ਨੂੰ ਪਤਾ ਹੈ ਮਨ ਤੇ ਕਿਵੇਂ ਕਾਬੂ ਪਾਉਣਾ। ਸਤਿਗੁਰੂ ਕੀ ਕਹਿੰਦੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਹੁਣ ਇਹ ਕਰਦਾ ਕੀ ਹੈ, ਦਿਨ ਰਾਤ ਲੋਕਾਂ ਨੂੰ ਖੁਸ਼ ਕਰਨ ਤੇ ਪ੍ਰਤਿਆਉਣ ਤੇ ਲੱਗਾ ਰਹਿੰਦਾ। ਪਰ ਲੋਕ ਕਿਹੜਾ ਖੁਸ਼ ਹੁੰਦੇ ਨੇ, ਤੁਸੀਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ। ਜਿਵੇਂ ਬਾਬਾ ਕਬੀਰ ਕਹਿੰਦੇ ਨੇ ਮਨ ਮਾਨੈ ਲੋਕ ਨਾ ਭਤੀਜੈ, ਕਹਿੰਦੇ ਨਾ ਭਤੀਜੈ ਤੋ ਕਿਆ ਕੀਜੈ। ਹੁਣ ਅਸੀਂ ਦੂਜਿਆਂ ਨੂੰ ਖੁਸ਼ ਕਰਨ ਵਾਸਤੇ ਕੀ ਕਰਦੇ ਹਾਂ ਜੀ? ਬਾਹਰ ਪਏ ਬਾਬਾ ਬੜੇ ਵਧੀਆ ਕੱਪੜੇ ਹਨ, ਅੰਦਰ ਕੀ ਹੈ ਜੀ? ਅੰਦਰ ਮਲ ਮਾਇਆ, ਅੰਦਰ ਮਾਇਆ ਦੀ ਮੈਲ। ਬਾਹਰੋਂ ਤਾਂ ਕੱਪੜੇ, ਬਾਹਰੋਂ ਤਾਂ ਲਿਬਾਸ ਧਾਰਮਿਕ ਵਿਅਕਤੀਆਂ ਵਾਲਾ ਹੀ ਹੈ ਜੀ। ਪਾਤਸ਼ਾਹ ਤੇ ਬਚਨ ਕਰਦੇ ਨੇ ਚਿੱਟੇ ਜਿਨਕੇ ਕੱਪੜੇ, ਅੰਦਰ ਕੀ ਹੈ? ਮੈਲੇ ਚਿੱਤ ਕਠੋਰ। ਇਕੱਲੇ ਚਿੱਟੇ ਕੱਪੜੇ ਪਾਉਣ ਦੇ ਨਾਲ ਬੰਦਾ ਚਿੱਟਾ ਨਹੀਂ ਹੋ ਜਾਂਦਾ, ਇਹ ਹੁੰਦਾ ਬਗਲਾ ਚਿੱਟਾ ਹੀ ਹੁੰਦਾ। ਉਹ ਕਰਦਾ ਕੀ, ਉਹ ਖੜਦਾ ਵੀ ਕਲੱਤ ਤੇ ਹੈ। ਹੁਣ ਇਹ ਕਲੱਤ ਤੇ ਖੜ ਕੇ ਬਗਲਾ ਕੀ ਕਰਦਾ ਜੀ? ਭਗਤੀ ਕਰਦਾ ਨਹੀਂ। ਮਾਲਕ ਤੇ ਬੈਠਾ ਮੱਛੀ ਨੂੰ ਤਾਲ ਲਗਾਵੇ, ਉਹ ਸ਼ਿਕਾਰ ਦੀ ਉਡੀਕ ਹੈ। ਤੋ ਬੜੇ ਲੋਕ ਨੇ ਚਿੱਟੇ ਕੱਪੜੇ ਪਾ ਕੇ ਸ਼ਿਕਾਰ ਕਰਦੇ ਨੇ, ਕਿਹਨਾਂ ਦਾ? ਜਿਹੜੇ ਲੋਕ ਧਰਮ ਦੇ ਰਾਹ ਤੇ ਤੁਰੇ ਹੋਏ। ਜੇ ਧਰਮ ਦੇ ਨਾਂ ਤੇ ਲੋਕਾਂ ਨੂੰ ਠੱਗਣਾ ਹੀ ਬੜਾ ਸੁੱਖ ਹੈ, ਧਰਮ ਦੇ ਨਾਂ ਤੇ ਲੋਕਾਂ ਨੂੰ ਠੱਗਣਾ ਬੜਾ ਸੁੱਖ ਹੈ। ਹੁਣ ਲੋਕਾਂ ਨੂੰ ਧਾਰਮਿਕ ਵਿਅਕਤੀਆਂ ਦੀ ਲੁੱਟ ਤੋਂ ਬਚਾਉਣ ਵਾਸਤੇ ਨਾਨਕ ਜੀ ਨੇ ਰੱਬੀ ਬਾਣੀ ਦਾ ਗਿਆਨ ਦਿੱਤਾ ਵੀ ਜੇ ਤੁਹਾਡੇ ਕੋਲ ਗਿਆਨ ਹੈ ਫਿਰ ਤੁਹਾਨੂੰ ਕੋਈ ਲੁੱਟ ਨਹੀਂ ਸਕਦਾ, ਫਿਰ ਤੁਹਾਨੂੰ ਕੋਈ ਠੋਕ ਠੱਗ ਨਹੀਂ ਸਕਦਾ। ਤੇ ਜਿਸ ਬੰਦੇ ਕੋਲ ਗਿਆਨ ਹੈ ਅਗਲਾ ਪਹਿਲਾਂ ਕਰੇਗਾ ਸਵਾਲ ਕਿ ਮੈਨੂੰ ਆ ਗੱਲ ਸਮਝਾਓ, ਜੇ ਮੇਰੀ ਤਸੱਲੀ ਹੋ ਗਈ ਫਿਰ ਮੈਂ ਤੁਹਾਡੀ ਬਾਤ ਮੰਨਾਂਗਾ, ਜੇ ਮੇਰੀ ਤਸੱਲੀ ਨਾ ਹੋਈ
ਫਿਰ ਮੈਂ ਤੁਹਾਡੀ ਬਾਤ ਨਹੀਂ ਮੰਨਾਂ। ਸਤਿਗੁਰੂ ਜੀ ਨੇ ਕੀ ਪ੍ਰਮਾ ਕੀਤਾ, ਬਾਹਰ ਭੇ ਅੰਤਰ ਮਲ ਮਾਇਆ ਛਪਸ ਨਾਹੇ ਕਛ ਕਰੇ ਛੁਪਾਇਆ। ਹੁਣ ਅੰਦਰਲੀ ਮੈਲ ਬੰਦਾ ਜਿੰਨਾ ਮਰਜ਼ੀ ਲੁਕਾਉਣ ਦਾ ਯਤਨ ਕਰੇ ਲੁਕਦੀ ਥੋੜ੍ਹੀ ਹੈ। ਦੇਖੋ ਜੋ ਸਾਡੇ ਅੰਦਰ ਹੋਏਗਾ ਨਾ ਜੀ, ਉਹ ਸਾਡੀ ਗੱਲਾਂ ਹੀ ਬਾਤੀ ਰਾਹੀਂ ਬਾਹਰ ਆ ਹੀ ਜਾਏਗਾ ਜੀ। ਗੱਲਾਂ ਬਾਤਾਂ ਰਾਹੀਂ ਬੰਦਾ ਫੜਿਆ ਜਾਂਦਾ। ਜਿਹੜੇ ਅਨੁਭਵੀ ਲੋਕ ਨੇ ਉਹਨਾਂ ਕੋਲ ਤਿੰਨੋਂ ਤਰੀਕੇ ਨੇ, ਜਾਂ ਉਹਨਾਂ ਦੀ ਉਹ ਬੋਲੀ ਵੇਖਣਗੇ, ਜਾਂ ਉਹਨਾਂ ਦੀ ਤੋਰ ਵੇਖਣਗੇ, ਜਾਂ ਉਹਨਾਂ ਦਾ ਪਹਿਰਾਵਾ ਦੇਖਣਗੇ। ਦੇਖ ਕੇ ਦੱਸਣ ਗਿਆ ਬੰਦਾ ਕਿਵੇਂ ਦਾ। ਛਪਸ ਨਾਹੇ ਮਾਤਾ ਕਹਿੰਦੇ ਉਹ ਕਿ ਲੁਕਾਇਆ ਲੁਕਦਾ ਨਹੀਂ ਹੈ। ਹੁਣ ਅਗਲੀ ਗੱਲ ਦੇਖੋ ਸਾਹਿਬ ਨੇ ਕੀ ਫਰਮਾਨ ਕੀਤਾ, ਕਹਿੰਦੇ ਬਾਹਰ ਗਿਆਨ ਧਿਆਨ ਇਸ਼ਨਾਨ। ਬਾਹਰ ਗਿਆਨ ਦੀਆਂ ਗੱਲਾਂ, ਬਾਹਰ ਧਿਆਨ ਦੀਆਂ ਗੱਲਾਂ, ਬਾਹਰ ਇਸ਼ਨਾਨ ਦੀਆਂ ਗੱਲਾਂ, ਪਰ ਅੰਦਰ ਕੀ ਹੈ? ਅੰਤਰ ਵਿਆਪੈ ਲੋਭ ਸਵਾਨ। ਸਵਾਨ ਫਿਰ ਪੁੱਤ ਆ ਗਿਆ। ਹੁਣ ਸਾਡੇ ਅੰਦਰ ਇੱਕ ਪੁੱਤ ਹੈ, ਦੋ ਕੁੱਤੀਆਂ ਨੇ। ਵੇਖਿਆ ਕਦੇ ਅੰਦਰਲਾ ਕੁੱਤਾ ਕਿੱਥੇ? ਕੁੱਤੀਆਂ ਵੇਖੀਆਂ ਨੇ। ਹੁਣ ਉਹ ਭੌਂਕਦੀਆਂ ਨੇ, ਕੁੱਤੀਆਂ ਭੌਂਕਦੀਆਂ ਨੇ ਤੇ ਕੁੱਤਾ ਭੌਂਕਦਾ। ਅੱਛਾ, ਜਦੋਂ ਵੀ ਕੁੱਤਾ ਭੌਂਕਦਾ ਅਸੀਂ ਉਹਨੂੰ ਕੁੱਝ ਨਾ ਕੁੱਝ ਪਾ ਦਿੰਦੇ ਹਾਂ ਚੁੱਪ ਕਰਦਾ। ਹੁਣ ਦੇਖੋ ਦੋ ਕੁੱਤੀਆਂ ਕਿਹੜੀਆਂ ਨੇ? ਭੁੱਖ ਤੇ ਖਾ, ਭੁੱਖ ਤੇ ਪਿਆਸ ਦੋ ਕੁੱਤੀਆਂ ਨੇ। ਕਦੇ ਭੁੱਖ ਲੱਗ ਜਾਂਦੀ, ਕਦੇ ਪਿਆਸ ਲੱਗ ਜਾਂਦੀ ਹੈ, ਤੇ ਤੀਸਰੀ ਵੀ ਕੋਈ ਚੀਜ਼ ਲੱਗਦੀ ਹੈ ਤਾਂ ਤੁਸੀਂ ਦੱਸ ਸਕਦੇ ਹੋ। ਭੁੱਖ ਤੇ ਪਿਆਸ ਤੋਂ ਇਲਾਵਾ ਜੇ ਕੋਈ ਤੀਸਰੀ ਚੀਜ਼ ਲੱਗਦੀ ਹੈ ਤਾਂ ਤੁਸੀਂ ਵੀ ਦੱਸ ਸਕਦੇ ਹੋ, ਇੱਦਾਂ ਦੀ ਕੋਈ ਬਾਤ ਨਹੀਂ ਹੈ। ਗੱਲ ਵੀ ਜ਼ਰੂਰੀ ਨਹੀਂ ਹੈ ਬਸ ਮੈਂ ਆਪਣੀਆਂ ਸੁਣਾਉਣੀਆਂ ਨੇ, ਨਾ ਮੈਂ ਤੁਹਾਡੀ ਵੀ ਸੁਣ ਸਕਦਾ। ਭੁੱਖ ਤੇ ਖਾ ਦੋਏ ਪੌਂਕੀ ਆ, ਜਾਂ ਭੁੱਖ ਪੌਂਕਦੀ ਹੈ, ਜਾਂ ਤਿਖਾ ਧੁੱਪਾ ਪਿਆਸ ਪੌਂਕਦੀ ਹੈ। ਮੈਨੂੰ ਪਿਆਸ ਲੱਗੀ ਜਲਦੀ ਜਲਦੀ ਪਾਣੀ ਪਾਓ, ਜਾਂ ਭੁੱਖ ਲੱਗੀ ਜਲਦੀ ਜਲਦੀ ਰੋਟੀ ਖਾਓ। ਅੱਛਾ, ਭੁੱਖ ਤੇ ਪਿਆਸ ਦਾ ਕੋਈ ਟਾਈਮ ਹੀ ਨਹੀਂ ਹੈ, ਜਦੋਂ ਮਰਜ਼ੀ ਲੱਗ ਸਕਦੀ ਹੈ। ਕਹਿੰਦੇ ਫਿਰ ਸਤਿਗੁਰ ਕਹਿੰਦੇ ਸਾਡੇ ਤੋਂ ਕੁੱਤਾ ਕਿਹੜਾ? ਲੱਭ ਕੁੱਤਾ, ਲੱਭ ਚਸਕੇ ਬੜੀ ਸਵਾਦ ਹੈ। ਹੋਰ ਰਹਿਣੀਆਂ ਕਹਿੰਦਾ ਯਾਰ ਜੀ ਚਾ ਤਾਂ ਨਹੀਂ ਕਰਦਾ, ਚੱਲ ਫਿਰ ਤੂੰ ਲੈ ਕੇ ਥੋੜੀ ਲੈਣਾਗੇ, ਚੱਲ ਫਿਰ ਅੱਧੀ ਅੱਧੀ ਲੈਣੇ। ਲੱਭ ਕੁੱਤਾ, ਕੁੱਤਾ ਭੋਗਦਾ। ਫਿਰ ਆਪਾਂ ਬਾਣੀ ਪੜ੍ਹੀਏ, ਸਾਹਿਬ ਨੇ ਲਾਲਚ ਨੂੰ ਵੀ ਕੁੱਤਾ ਕਿਹਾ। ਹੁਣ ਜਿੱਥੇ ਲਾਲਚੀ ਕੁੱਤਾ ਹੈ ਨਾ, ਉਹ ਪਤਾ ਕੀ ਕਰਦਾ ਹੈ? ਦੁਆਰਾ ਦੁਆਰ ਸਵਾਨ ਜਿਉਂ ਡੋਲ ਲੈ, ਉਹ ਦਰ ਦਰ ਤੇ ਭਟਕਦਾ, ਇੱਕ ਥਾਂ ਤੇ, ਦੂਜੀ ਥਾਂ ਤੇ, ਤੀਜੀ ਥਾਂ ਤੇ, ਚੌਥੀ ਥਾਂ। ਜਿਹੜਾ ਲਾਲਚੀ ਕੁੱਤਾ, ਜਿਹੜਾ ਸੰਤੋਖੀ ਕੁੱਤਾ, ਉਹ ਆਪਣੇ ਮਾਲਕ ਦਾ ਦਰ ਘਰ ਛੱਡ ਕੇ ਕਿਤੇ ਜਾਂਦਾ ਹੀ। ਉਹਨੇ ਜੇ ਤੁਸੀਂ ਕੁੱਝ ਪਾ ਵੀ ਦੇ, ਉਹਨੇ ਤਾਂ ਵੀ ਨਹੀਂ ਖਾਣਾ। ਹਜ਼ੂਰ ਨੇ ਬਚਨ ਕੀਤਾ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪ ਲੋਭ ਸਵਾਨ। ਅਗਲੀ ਗੱਲ ਵੇਖੋ, ਅੰਤਰ ਆਗਨ ਬਾਹਰ ਤਨ ਸਵਾਹ। ਅੰਦਰ ਬੰਦੇ ਦੇ ਅੱਗ ਬਲਦੀ ਹੈ, ਕਾਮ ਦੀ, ਕ੍ਰੋਧ ਦੀ, ਤ੍ਰਿਸ਼ਨਾ ਦੀ, ਤੇ ਬਾਹਰ ਬੰਦਾ ਸਵਾਹ ਬਣ ਕੇ ਬੈਠਾ।
ਅੱਛਾ, ਕਈਆਂ ਨੇ ਤੇ ਨਾਮ ਰੱਖਿਆ ਹੁੰਦਾ ਮਹੰਤ ਸ਼ੀਤਲ ਦਾਸ, ਮਹੰਤ ਸ਼ੀਤਲ ਦਾਸ ਬੜਾ ਠੰਡਾ। ਇੱਕ ਦਿਨ ਸੁਥਰੇ ਨੂੰ ਟੱਕਰ ਗਿਆ, ਲੋਕਾਂ ਬੜੀ ਵਡਿਆਈ ਕੀਤੀ ਤੇ ਸੁਥਰਾ ਕਹਿੰਦਾ ਕੋਈ ਨੀ ਪਰਖ ਲੈਂਦੇ। ਸੁਥਰਾ ਜਾ ਕੇ ਬਿਲਕੁਲ ਸਾਹਮਣੇ ਬਹਿ ਗਿਆ ਸ਼ੀਤਲ ਦਾਸ ਦੇ, ਤੇ ਜਦੋਂ ਵਾਰੀ ਆਈ ਤੇ ਕਹਿੰਦਾ ਮਹੰਤ ਜੀ ਬਸ ਬਹੁਤ ਹੀ ਵਧੀਆ, ਇੱਕੋ ਹੀ ਕਮੀ ਹੈ। ਹੁਣ ਮਹੰਤ ਨੂੰ ਆਪਣਾ ਫਿਕਰਾ ਪੈ ਗਿਆ ਵੀ ਇਹਨੇ ਮੇਰੀ ਕਿਹੜੀ ਕਮੀ ਫੜ ਲਈ। ਉਹਨੇ ਫਿਰ ਦੂਜੀ ਵਾਰ ਕਿਹਾ ਬਸ ਇੱਕੋ ਹੀ ਘਾਟ ਰਹਿ ਗਈ, ਬਾਕੀ ਤੇ ਕੰਮ ਪੂਰਾ ਵਧੀਆ। ਉਹ ਫਿਰ ਸੋਚੀ ਪੈ ਗਿਆ। ਉਹਨੇ ਤੀਜੀ ਵਾਰੀ ਫਿਰ ਗਿਆ ਤੇ ਚੌਥੀ ਵਾਰੀ ਉਹ ਭੜ ਗਿਆ, ਕਹਿੰਦਾ ਕਿਹੜੀ ਕਮੀ ਆਵੇ, ਕਹਿੰਦਾ ਬਸ ਆਹੀ ਕਮੀ ਹੈ। ਅੰਤਰ ਅਗਨ ਬਾਰਤਨ ਸਵਾਹ। ਐਸਾ ਇੱਕ ਬੰਦਾ ਗੁਰੂ ਅਮਰਦਾਸ ਜੀ ਕੋਲ ਵੀ ਆਇਆ ਸੀ, ਅਮਰੂ ਕੁਝ ਖਾਣ ਨੂੰ ਦੇ ਸਿੱਧਾ ਹੀ, ਜਿਵੇਂ ਕਈ ਵਾਰੀ ਸਾਨੂੰ ਕੋਈ ਆ ਕੇ ਬੁਲਾਉਂਦਾ ਨਾ ਤੇ ਅਸੀਂ ਕਹਿੰਦੇ ਉਰੇ ਆਓ, ਤੈਨੂੰ ਬੋਲਣ ਦਾ ਨੀ ਪਤਾ, ਨਾ ਚਾਚਾ ਨਾ ਤਾਇਆ ਨਾ ਮਾਮਾ ਨਾ ਮਾਸੜ ਨਾ ਖੋਪੜ, ਸਿੱਧਾ ਤੂੰ ਮੇਰਾ ਨਾਂ ਲੈ ਲਿਆ। ਅਮਰੂ ਕੁਝ ਖਾਣ ਨੂੰ ਦੇ, ਉਹ ਵੀ ਆ ਕਿੱਦਾਂ ਹੀ ਕਹਿੰਦਾ ਸੀ। ਜੇਠਾ ਜੀ ਨੂੰ ਬੜਾ ਬੁਰਾ ਲੱਗਾ, ਚਲੋ ਜੇਠਾ ਜੀ ਨੂੰ ਥੋੜੀ ਬਹੁਤ ਮਾਇਆ ਦੇ ਕੇ ਚੁੱਪ ਕਰਾਉਣ ਦਾ ਯਤਨ ਕੀਤਾ। ਜਦੋਂ ਅਮਰਦਾਸ ਜੀ ਨੂੰ ਪਤਾ ਲੱਗਾ, ਅਮਰਦਾਸ ਜੀ ਕਹਿੰਦੇ ਜੇਠਿਆ ਕਿੰਨੇ ਚੁੱਪ ਨਹੀਂ ਹੋਣਾ, ਪਾਤਸ਼ਾਹ ਜੀ ਨੂੰ ਪਤਾ। ਮਾਲਕ ਕਹਿੰਦੇ ਸਾਡੀ ਪਰਖ ਕਰਦਾ ਹੈ, ਸਾਡੀ ਪਰਖ ਨਹੀਂ ਵੇਖਾਂ ਗੁਰੂ ਅਮਰਦਾਸ ਜੀ ਨੂੰ ਗੁੱਸਾ ਆਉਂਦਾ ਕਿ ਨਹੀਂ ਆਉਂਦਾ। ਤੇ ਅਸੀਂ ਅਕਸਰ ਘਰਾਂ ਚ ਲੜ ਪੈਂਦੇ ਹਾਂ ਨਾ, ਭੈਣ ਭਰਾ ਜਾਂ ਭਰਾ ਭਰਾ ਜਾਂ ਭੈਣਾ ਭੈਣਾ, ਕਿਹੜੀ ਗੱਲੋਂ, ਇਹ ਮੇਰਾ ਨਾਂ ਵਿਗਾੜਦਾ, ਇਹ ਮੇਰਾ ਗਲਤ ਨਾਂ ਲੈਂਦਾ, ਲੜਾਈ ਹੋ। ਬੜੇ ਲੋਕ ਆਉਂਦੇ ਗੁਰੂ ਨੂੰ ਪਰਖਣ ਵਾਸਤੇ, ਤੇ ਜੇ ਗੁਰੂ ਦੀ ਪਰਖ ਹੋ ਸਕਦੀ ਤੇ ਸਾਡੀ ਤੁਹਾਡੀ ਨਹੀਂ ਹੋ ਸਕਦੀ, ਸਾਡੀ ਤੁਹਾਡੀ ਵੀ ਹੋ ਸਕਦੀ। ਹੁਣ ਅੰਦਰ ਕੀ ਹੈ ਜੀ, ਅੱਗ, ਬਾਹਰ ਕੀ ਹੈ, ਸਵਾਹ। ਅਗਲੀ ਗੱਲ ਸਾਹਿਬ ਕਹਿੰਦੇ ਗੱਲ ਪਾਥਰ ਕੈਸੇ ਤਰੈ ਅਥਾਹ। ਹੁਣ ਗੱਲ ਚ ਬੰਨੇ ਨੇ ਬੰਦੇ ਨੇ ਪੱਥਰ ਬੰਨਿਆ ਹੋਵੇ ਤੇ ਪੱਥਰ ਬੰਨ ਕੇ ਕੋਈ ਨਦੀ ਪਾਰ ਲੰਘ ਜੂਗਾ, ਨਹੀਂ ਲੰਘ ਸਕਦਾ, ਕਿਉਂਕਿ ਪੱਥਰ ਦਾ ਕੰਮ ਹੈ ਡੋਬਣਾ, ਤੇ ਜਿਹੜਾ ਪੱਥਰ ਨਾਲ ਬੰਨਿਆ ਹੋਇਆ ਪੱਥਰ ਨੇ ਉਹਨੂੰ ਵੀ ਡੋਬ ਦੇਣਾ। ਹੁਣ ਸਤਿਗੁਰੂ ਨੂੰ ਅਸੀਂ ਪੁੱਛਿਆ ਬਾਣੀ ਤੇ ਸੁਖਮਨੀ ਦੀ ਸਾਰੇ ਪੜ੍ਹਦੇ ਹੋ, ਪਰ ਪਾਤਸ਼ਾਹ ਜੀ ਨੂੰ ਪੁੱਛਿਆ ਪਾਤਸ਼ਾਹ ਮੇਰੇ ਗੱਲ ਤੇ ਕੋਈ ਪੱਥਰ ਹੈ ਹੀ ਨਹੀਂ, ਤੇ ਉਹ ਪੱਥਰ ਕਿਹੜੇ ਨੇ। ਸਤਿਗੁਰ ਨੇ ਫਿਰ ਬਾਣੀ ਚ ਇਸ ਗੱਲ ਦਾ ਜਵਾਬ ਦਿੱਤਾ, ਪਾਤਸ਼ਾਹ ਕਹਿੰਦੇ ਪਾਪ ਪੱਥਰ ਧਰਨ ਨਾ ਜਾਈ। ਸਾਡੇ ਗੱਲ ਦੇ ਅੰਦਰ ਪਾਪਾਂ ਦੇ ਪੱਥਰ ਬੰਨੇ ਹੋਏ ਨੇ, ਤੇ ਜੇ ਕੋਈ ਆਖੇ ਵੀ ਪਾਪਾਂ ਦੇ ਪੱਥਰ ਬੰਨ ਕੇ ਮੈਂ ਸੰਸਾਰ ਤੱਕ ਉਹ ਪਾਪ ਲੰਘਾਂਗਾ, ਕਦੇ ਨਹੀਂ ਲੰਘ ਸਕਦਾ। ਹੁਣ ਫਿਰ ਸਾਹਿਬ ਜੀ ਸਾਡੀ ਹਾਲਤ ਸੁਧਾਰ ਕਿਵੇਂ ਆਏਗਾ, ਫਿਰ ਪਾਤਸ਼ਾਹ ਜੀ ਨੇ ਬਚਨ ਕੀਤਾ, ਜਾ ਕੇ ਅੰਤਰ ਬਸੈ ਪ੍ਰਭਿਆ ਮਾਨਕ ਤੇ ਜਨ ਸਹਿਜ ਸਮਾਤ। ਜਿਹਦੇ ਹਿਰਦੇ ਵਿੱਚ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਸ ਗਈ, ਪ੍ਰਭੂ ਆਪ ਵਸ ਗਿਆ, ਉਹ ਜਿਹੜੇ ਸੇਵਕ ਨੇ ਉਹ ਸਹਿਜ ਦੇ ਵਿੱਚ ਸਮਾ ਜਾਂਦੇ ਨੇ, ਟਿਕ ਜਾਂਦੇ ਨੇ, ਲੀਨ ਹੋ ਜਾਂਦੇ ਨੇ। ਕਿਹਦੇ ਚ, ਰੱਬ ਦੇ ਵਿੱਚ। ਤੇ ਜਿਹੜੇ ਰੱਬ ਚ ਲੀਨ ਹੋ ਜਾਂਦੇ ਨੇ ਉਹ ਫਿਰ ਡੋਲਦੇ ਨੇ, ਉਹ ਫਿਰ ਡਿੱਗਦੇ ਨੇ, ਉਹ ਕਿਸੇ ਲਾਲਚ ਵਿੱਚ ਨਹੀਂ ਆਉਂਦੇ। ਤੁਸੀਂ ਵੇਖ ਲਓ ਜਪਣ ਵਾਲਿਆਂ ਨੂੰ ਬੰਦਿਆਂ ਨੇ ਕਿੰਨੀ ਲਾਲਚ ਦਿੱਤੀ,
ਇਥੋਂ ਤੱਕ ਕਿ ਲਾਲਚ ਦਿੱਤੀ ਨਾਮੇ ਸਰ ਪਰ ਸੋਨਾ ਲੇ। ਨਾਮਦੇਵ ਜਿੰਨਾ ਤੇਰਾ ਵਜਨ ਹੈ, ਇੱਕ ਪਾਸੇ ਤੂੰ ਬਹਿ ਜਾ, ਦੂਜੇ ਪਾਸੇ ਸੋਨਾ ਰੱਖ ਦਿੰਦੇ ਹਾਂ, ਇਹ ਕੰਮ ਕੀ ਕਰਨਾ ਜੀ ਇੰਨੇ ਸੋਨੇ ਦੇ ਬਦਲੇ। ਰਾਮ ਛੋੜ ਕੀ ਨਾ ਭਜੈ ਖੁਦਾਏ, ਬਸ ਰਾਮ ਛੱਡ ਤੇ ਖੁਦਾ ਕਹਿ, ਸੋਨੇ ਨਾਲ ਤੋਲ ਲਿਆਂਗੇ। ਉਹ ਕਹਿੰਦਾ ਮੈਂ ਰਾਮ ਕਹਿਣਾ ਨੀ, ਖੁਦਾ ਛੱਡਣਾ ਨੀ, ਮਤਲਬ ਤੂੰ ਸੋਨਾ ਲੈਣਾ ਨੀ। ਕਹਿੰਦਾ ਨਾ ਨਹੀਂ ਲੈਣਾ, ਫਿਰ ਤੈਨੂੰ ਅਸੀਂ ਮਾਰ ਦਿਆਂਗੇ। ਕਹਿੰਦਾ ਕੋਈ ਗੱਲ ਨੀ, ਮਰਨਾ ਤੇ ਹੈ ਹੀ, ਬੇਬੂ ਭੁੱਕੇ ਕਿਉਂ ਮਰੀਏ। ਨਾਨਕ ਤੇ ਜੰਗ ਸਹਿਜ ਸਮਾਨ। ਤੁਸੀਂ ਤਵਾਰੀਖ ਦੀ ਲੜੀ ਪੜ੍ਹ ਕੇ ਵੇਖੋ, ਅਜੋਕੇ ਸਿੱਖਾਂ ਨੂੰ ਛੱਡ ਕੇ ਜਿਹੜੇ ਜੁੜੇ ਹੋਏ ਨੇ, ਇੱਕ ਵੀ ਸਿੱਖ ਲਾਲਚੀ ਨਹੀਂ ਹੋਇਆ, ਇੱਕ ਵੀ ਸਿੱਖ ਲਾਲਚੀ ਨਹੀਂ ਹੋਇਆ। ਅਗਲੇ ਨੇ ਬੰਦ ਬੰਦ ਕਟਾ ਲਏ, ਕੋਪਰੀਆਂ ਲਵਾਨੀਆਂ, ਚਰਖੜੀਆਂ ਤੇ ਚੜ ਗਏ, ਆਰਿਆਂ ਨਾਲ ਚੀਰੇ ਗਏ, ਸਭ ਕੁਝ ਸਹਿ ਕਰ ਲਿਆ, ਪਰ ਲਾਲਚੀ ਨਹੀਂ। ਦੇਖੋ ਜਦੋਂ ਕਿ ਸਿੱਖ ਸਤਿਗੁਰ ਦੇ ਨਾਲ ਵੀ ਸੀ ਨਾ, ਸਿੱਖਾਂ ਨੂੰ ਤੁਸੀਂ ਕੀ ਸਮਝਦੇ ਵੀ ਭਾਈ ਮਤੀ ਦਾਸ ਨੂੰ ਲਾਲਚ ਨਹੀਂ ਦਿੱਤੀ, ਸਤੀ ਦਾਸ ਨੂੰ ਲਾਲਚ ਨਹੀਂ ਦਿੱਤੀ, ਭਾਈ ਦਿਆਲੇ ਨੂੰ ਲਾਲਚ ਨਹੀਂ ਦਿੱਤੀ, ਸਿੱਖ ਕਿਸੇ ਲਾਲਚ ਚ ਆਇਆ ਨਹੀਂ ਨਾ। ਉੱਥੇ ਇੱਕੋ ਗੱਲ ਕਹਿੰਦੇ ਸੀ, ਗੁਰੂ ਜੀ ਕੇ ਦਰਸ਼ਨ ਤੋਂ ਬਲ ਜਾਓ, ਅਸੀਂ ਤਾਂ ਆਪਣੇ ਗੁਰੂ ਦੇ ਦਿਦਾਰ ਤੋਂ ਬਲਿਹਾਲ। ਅਗਲੀ ਗੱਲ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਸੁਣ ਅੰਨਾ ਕੈਸੇ ਮਾਰਗ ਪਾਵੈ, ਅੰਨਾ ਸੁਣ ਕੇ ਰਾਹ ਨਹੀਂ ਲੱਭ ਸਕਦਾ, ਅੰਨਾ ਸੁਣ ਕੇ ਰਾਹ ਨਹੀਂ ਲੱਭ ਸਕਦਾ। ਉਹ ਬੋਲਦਾ ਤੇ ਹੈ ਅੰਨਾ, ਜੇ ਰਾਹ ਪੁੱਛੇਗਾ ਤੇ ਤੁਸੀਂ ਜੇ ਦੱਸ ਵੀ ਦਿਓਗੇ ਲੋਕੇਸ਼ਨ, ਤਾਂ ਕੀ ਅੰਨਾ ਉਹਦੇ ਮੁਤਾਬਕ ਤੁਰ ਪਏਗਾ? ਨਹੀਂ। ਹਾਂ, ਹਜ਼ੂਰ ਨੇ ਬਚਨ ਕੀਤਾ, ਅੰਧੇ ਕੇ ਰਾਹ ਦੱਸਿਆ ਅੰਧਾ ਹੋਏ ਸੋ ਜਾਏ। ਇੱਕ ਪੁੱਛਣ ਵਾਲਾ ਅੰਨਾ ਤੇ ਦੂਜਾ ਦੱਸਣ ਵਾਲਾ ਵੀ ਅੰਨਾ। ਹੁਣ ਜਿਹੜਾ ਪੁੱਛਣ ਵਾਲਾ ਵੀ ਅੰਨਾ ਹੈ, ਦੱਸਣ ਵਾਲਾ ਵੀ ਅੰਨਾ ਹੈ, ਉਹ ਫਿਰ ਅੰਨੇ ਦੇ ਰਾਹ ਦੱਸੇ ਤੇ ਤੁਰ ਪਏਗਾ। ਜਾਂ ਫਿਰ ਗੁਰਦੇਵ ਨੇ ਇੱਕ ਬਚਨ ਹੋਰ ਕੀਤਾ, ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਪੀ ਅੰਧੇ ਕਰਮ ਕਰੇ। ਜਿਨ੍ਹਾਂ ਦਾ ਗੁਰੂ ਅੰਨਾ ਹੈ, ਉਹਦੇ ਸਿੱਖ ਉਹਦੇ ਸੇਵਕ ਵੀ ਅੰਨਿਆਂ ਵਾਲੇ ਕੰਮ ਕਰਦੇ ਨੇ। ਪਰ ਮਾਫ ਕਰਨਾ ਤਾਂ ਸੰਗਤ, ਤੁਹਾਨੂੰ ਜਿਸ ਗੁਰੂ ਦੇ ਲੜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਾਇਆ, ਉਹ ਅੰਨਾ ਨਹੀਂ ਹੈ, ਉਹ ਸੁਜਾਖ ਹੈ, ਪਰ ਉਹ ਤੇ ਸਾਡੀਆਂ ਵੀ ਅੱਖਾਂ ਦਾ ਇਲਾਜ ਕਰਦਾ। ਹੁਣ ਅੰਨੇ ਨੂੰ ਜੇ ਤੁਸੀਂ ਟਿਕਾਣੇ ਤੇ ਪਹੁੰਚਾਉਣਾ ਹੈ, ਤੇ ਫਿਰ ਸਭ ਤੋਂ ਵਧੀਆ ਤਰੀਕਾ ਕੀ ਹੈ? ਅੰਨੇ ਦੀ ਬਾਂਹ ਪਕੜੋ ਔਰ ਉਹਨੂੰ ਦੀ ਮੰਜ਼ਿਲ ਤੇ ਛੱਡ ਦਿਓ। ਸਤਿਗੁਰੂ ਨੇ ਫਰਮਾਨ ਕੀਤਾ, ਸੁਣੰਦਾ ਕੈਸੇ ਮਾਰਗ ਪਾਵੈ, ਕਰ ਗਹਿਲੇ ਕੋਲ ਨਿਭਾਵੈ। ਕਰ ਹੱਥ ਨੂੰ ਕਹਿੰਦੇ ਨੇ, ਰੁਗਿਆ ਪਕੜ ਨੂੰ ਕਹਿੰਦੇ ਨੇ, ਕਰ ਗਹਿਲੇ ਦਾਤਾ ਜੀ ਤੁਸੀਂ ਮਿਹਰ ਕਰੋ, ਸਾਡਾ ਹੱਥ ਪਕੜ ਕੇ ਕੋਲ ਨਿਭਾਵੈ, ਸਾਨੂੰ ਸਾਡੀ ਮੰਜ਼ਿਲ ਤੱਕ ਪੁੱਜਦਾ ਕਰ ਦਿਓ। ਅੱਛਾ, ਅੰਨੇ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਨੇ ਗੱਲ ਕੀਤੀ ਡੋਰੇ ਦੀ, ਕਹਾ ਬੁਝਾਰਤ ਬੁਝੇ ਡੋਰਾ। ਉਹ ਤੁਸੀਂ ਬੁਝਾਰਤ ਪਾਤੀ, ਬੰਦਾ ਡੋਰਾ, ਉਹ ਤੁਹਾਡੀ ਬੁਝਾਰਤ ਨੂੰ ਕਿਵੇਂ ਬੁਝੇਗਾ? ਬੁਝੀ ਨਹੀਂ ਸਕਦਾ। ਹੁਣ ਸਤਿਗੁਰ ਨੇ ਫਿਰ ਦੇਖੋ ਅਗਲੀ ਗੱਲ ਕੀਤੀ,
ਨਿਸਕਈਐ ਤਉ ਸਮਝੈ ਭੋਰਾ। ਨਿਸਕੇ ਦੇ ਰਾਤ ਭੋਰਾ ਕਹੀਏ ਦਿਨ। ਹੁਣ ਤੁਸੀਂ ਕਿਹਾ ਰਾਤ ਹੈ, ਉਹ ਕਹਿੰਦਾ ਹਾਂ ਦਿਨ ਆ। ਕੀ ਗੱਲ? ਕਹਿੰਦਾ ਡੋਰਾ ਹੈ, ਅਸੀਂ ਵੀ ਡੋਰੇ ਹਾਂ। ਗੁਰੂ ਕੁਝ ਹੋਰ ਕਹਿੰਦਾ, ਅਸੀਂ ਕੁਝ ਹੋਰ ਸਮਝੀ ਜਾਂਦੇ ਹਾਂ। ਗੁਰੂ ਕੁਝ ਹੋਰ ਕਹਿੰਦਾ, ਅਸੀਂ ਕੁਝ ਹੋਰ ਸਮਝੀ ਜਾਂਦੇ ਹਾਂ ਗੱਲ। ਅਗਲੀ ਗੱਲ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਦੀ ਗੱਲ ਕੀਤੀ ਜੀ? ਗੁੰਗੇ ਦੀ। ਕਹਾਂ ਬਿਤਨ ਪਦ ਗਾਵੇ ਗੁੰਗ। ਹੁਣ ਗੁੰਗਾ ਜਿਹੜਾ ਹੈ ਉਹ ਬਿਸ਼ਨ ਦੇ ਪਦੇ ਗਾ ਸਕਦਾ? ਗੁੰਗਾ ਕਿਵੇਂ ਗਾਏਗਾ? ਹਜ਼ੂਰ ਕਹਿੰਦੇ ਯਤਨ ਕਰੇ ਤੋ ਪੀ ਸੁਰ ਭੰਗ। ਅੱਛਾ, ਜੇ ਉਹ ਯਤਨ ਵੀ ਕਰੇ ਨਾ ਗੁੰਗਾ ਗਾਉਣ ਦਾ, ਉਹਦੀ ਸੁਰ ਹੀ ਟੁੱਟ ਜਾਏਗੀ, ਉਹਦੀ ਆਵਾਜ਼ ਹੀ ਨਹੀਂ ਬਣਨੀ। ਫਿਰ ਅਗਲੀ ਗੱਲ ਸਤਿਗੁਰੂ ਜੀ ਨੇ ਪਿੰਗਲੇ ਦੀ ਕੀਤੀ। ਕਹਿ ਪਿੰਗਲ ਪਰਬਤ ਪਰ ਭਵਨਾ। ਹੁਣ ਲੂਲਾ ਕਿਵੇਂ ਪਹਾੜ ਤੇ ਚੜ ਸਕਦਾ, ਕਿਵੇਂ ਘੁੰਮ ਸਕਦਾ ਪਹਾੜਾਂ ਤੇ ਚੜ ਕੇ? ਲੂਲਾ ਨਹੀਂ ਹੋ ਉਹਾਂ ਉਸ ਗਾਵਨ, ਉਹ ਚਾਹ ਕੇ ਵੀ ਉੱਥੇ ਨਹੀਂ ਜਾ ਸਕਦਾ। ਫਿਰ ਗੁਰੂ ਸਾਹਿਬ ਜੀ ਨੇ ਅਰਦਾਸ ਕੀਤੀ, ਪਾਤਸ਼ਾਹ ਇਹ ਸਾਰੀ ਹਾਲਤ ਮਨੁੱਖ ਦੀ ਹੈ ਤੇ ਇਹ ਹਾਲਤ ਇਹਦੀ ਤਾਂ ਠੀਕ ਹੋ ਸਕਦੀ ਹੈ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਧਰੈ। ਕਰੁਣਾ ਮੈਂ ਤੋਂ ਭਾਵ ਦਇਆ ਦਾ ਘਰ। ਕੌਣ? ਕਰਤਾਰ। ਹੇ ਦਇਆ ਦੇ ਘਰ ਅਕਾਲ ਪੁਰਖ ਵਾਹਿਗੁਰੂ ਜੀ, ਇਹ ਦੀਨ ਤੁਹਾਡੀ ਤੁਹਾਡੇ ਅੱਗੇ ਬੇਨਤੀ ਕਰਦਾ ਹੈ, ਤੁਹਾਡੀ ਮਿਹਰ ਹੋ ਜਾਏ ਤਾਂ ਇਹ ਪਾਪ ਲੱਥ ਸਕਦਾ। ਜਦੋਂ ਦੀ ਮਿਹਰ ਹੋ ਜਾਏ ਨਾ, ਪਿੰਗਲ ਪਰਬਤ ਪਾਰ ਪਰੇ ਕਲ ਚਤਰ ਵਕੀਤਾ, ਅੰਦਲੇ ਤੇਰੇ ਭਵਨ ਸੁੰਗੀਆ ਗੁਰ ਪੇਟ ਪੁਨੀਤਾ, ਮੈਂ ਮਨ ਸਾਧੂ ਸੰਗ ਕੀ ਸੁਣੋ ਮੇਰੇ ਬੀਤਾ, ਮਹਿਲ ਕੋਈ ਕੁੱਟ ਅੱਗ ਹਰੇ, ਨਿਰਮਲ ਪੈ ਚੀਤਾ ਬਣੀ ਅਵਸਥਾ ਦਾ ਮਾਲਕ ਬਣਿਆ ਜਾ ਸਕਦਾ। ਪਰ ਮਨੁੱਖ ਦੀ ਹਾਲਤ ਕੀ ਹੈ ਜੀ? ਸੰਗ ਸਹਾਈ ਸੋਇਆਵੈ ਨਾ ਚੀਤ। ਜਿਹੜਾ ਹਮੇਸ਼ਾ ਸਾਡੀ ਮਦਦ ਕਰਨ ਵਾਲਾ ਹੈ, ਸਾਡੀ ਸਹਾਇਤਾ ਕਰਨ ਵਾਲਾ ਹੈ, ਉਹਨੂੰ ਤਾਂ ਅਸੀਂ ਯਾਦ ਨਹੀਂ ਕਰਦੇ। ਪਰ ਸਤਸੰਗ ਬਾਣੀ ਤੇ ਅਸੀਂ ਪੜ੍ਹਦੇ ਹਾਂ, ਪਰ ਸਾਨੂੰ ਯਾਦ ਫਿਰ ਵੀ ਨਹੀਂ ਰਹਿੰਦਾ। ਬਾਣੀ ਤੇ ਪੜ੍ਹਦੇ ਹਾਂ, ਸਾਨੂੰ ਯਾਦ ਫਿਰ ਵੀ ਨਹੀਂ ਕਰੀਦਾ। ਔਰ ਬਾਣੀ ਪੜ੍ਹਨਾ ਪੜ੍ਹਨੀ ਹੈ, ਇਸ ਕਰਕੇ ਕਿ ਸਾਨੂੰ ਯਾਦ ਰਵੇ, ਉਹ ਭੁੱਲ ਹੀ ਨਾ। ਉਹਦੇ ਵਾਸਤੇ ਸਾਨੂੰ ਥੋੜ੍ਹਾ ਜਿਹਾ ਬਾਣੀ ਦੇ ਪਾਠ ਦੇ ਨਾਲ ਨਾਲ ਪੜਚੋਲ ਵੀ ਕਰਨੀ ਪਏ। ਤੁਸੀਂ ਕਦੇ ਕਰਕੇ ਵੇਖੋ, ਮੈਂ ਤਾਂ ਜੀ ਕਰਕੇ ਵੇਖ ਲਿਆ। ਬੱਚੇ ਸਵਾਲ ਕਰਦੇ ਨੇ, ਤੀਵੀਆਂ ਸਵਾਲ ਕਰਦੀਆਂ ਨੇ, ਸੰਸਾਰ ਪਰਿਵਾਰ ਪਦਾਰਥ ਦੇ ਨਾਲ ਸੰਬੰਧਿਤ ਹੈ ਨਾ। ਕਈ ਗੱਲਾਂ ਐਸੀਆਂ ਹੁੰਦੀਆਂ ਜਿਹਦਾ ਕੋਈ ਲੈਣ ਦੇਣ ਨਹੀਂ, ਉਹਦੇ ਬਾਅਦ ਵੀ ਸਵਾਲ ਹੁੰਦਾ। ਸਾਡੇ ਨਾਲ ਵੀ ਹੁੰਦੇ ਨੇ ਤੇ ਜਦੋਂ ਸਵਾਲ ਹੋਏ, ਮੈਂ ਕਿਹਾ ਜੀ ਜਪਜੀ ਸਾਹਿਬ ਸਤਿਗੁਰੂ ਜੀ ਮੇਰੇ ਸਵਾਲ ਕਰਦੇ ਆ, ਕਦੇ ਦਸ ਕੁ ਸਵਾਲ ਉੱਥੋਂ ਵੀ ਕੱਢ ਲਓ, ਰਹਿਣ ਹੀ ਦਿਓ ਜੀ ਤੁਸੀਂ ਤੇ ਚੁੱਪ ਖੰਡ ਖੰਡ। ਜਿਹੜਾ ਕੋਈ ਤੁਹਾਨੂੰ ਬਹੁਤ ਹੀ ਸਵਾਲ ਕਰੇ, ਕਦੇ ਤੁਸੀਂ ਉਹਨੂੰ ਗੱਲ ਕਹਿ ਕੇ ਵੇਖੋ
ਵੀ ਜਪਜੀ ਚ ਨਾਨਕ ਜੀ ਨੇ ਸਵਾਲ ਕੀਤੇ ਹੈ ਕੋਈ ਪੰਜ ਸੱਤ ਦਸ ਸਵਾਲ ਲੱਭ ਤਾਂ ਸਹੀ ਜਪਜੀ ਚੋ, ਫਿਰ ਬੰਦਾ ਕਿਤੇ ਚੁੱਪ ਹੋ ਜਾਂਦਾ ਨਹੀਂ ਬੋਲਣਾ ਨਾ। ਤੋ ਸਾਨੂੰ ਕੋਸ਼ਿਸ਼ ਕਰਨੀ ਪਏਗੀ ਉੱਥੇ। ਮੇਰੇ ਮਾਲਕ ਜੀ ਕਹਿੰਦੇ ਨੇ ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵੇ, ਪੜ੍ਹਨਾ ਚੰਗੀ ਗੱਲ ਹੈ ਪਰ ਉਹਨੂੰ ਨਾਲ ਨਾਲ ਸਾਨੂੰ ਬੁੱਝਣਾ ਵੀ ਪਏ। ਸੰਗ ਸਹਾਈ ਸੁਆਵੈ ਨਾ ਚੀਤ, ਜੋ ਬੈਰਾਈ ਕਾਸ਼ੂ ਪ੍ਰੀਤਾ। ਹੁਣ ਬੈਰਾਈ ਤੋਂ ਭਾਵ ਕੀ ਹੈ ਜੀ? ਵੈਰੀ। ਜਿਹੜੇ ਵੈਰੀ ਨੇ ਉਹ ਮਿੱਤਰ ਨੇ, ਤੇ ਜਿਹੜਾ ਮਿੱਤਰ ਆ ਉਹ ਉਹਨੂੰ ਤੇ ਛੱਡੀ ਬੈਠਾ ਬੰਦਾ, ਪਰ ਵੈਰੀਆਂ ਨੂੰ ਆਪਣੇ ਮਿੱਤਰ ਬਣਾਈ ਬੈਠਾ। ਜਦੋਂ ਕਿ ਸਤਿਗੁਰ ਨੇ ਕੀ ਫਰਮਾਨ ਕੀਤਾ, ਮਿੱਤਰ ਕਨੇਰੇ ਕਰ ਤੱਕੀ ਮੇਰਾ ਦੁੱਖ ਘੱਟ ਹੈ ਕੋਈ। ਬਲੂਆ ਕੇ ਗ੍ਰਹਿ ਪੀਤਰ ਬਸੈ, ਆਨੰਦ ਕੇ ਮਾਇਆ ਰੰਗ ਰਸ। ਬਲੂਆ ਕਹਿੰਦੇ ਨੇ ਬਾਲੂ ਨੂੰ, ਰੇਤ ਨੂੰ। ਇੱਕ ਮਿੱਟੀ ਹੈ, ਇੱਕ ਰੇਤ ਹੈ, ਖਿਆਲ ਰੱਖਣਾ। ਰੇਤ ਔਰ ਮਿੱਟੀ ਚ ਫਰਕ ਬੜਾ ਹੈ। ਇੱਕ ਖਾਕ ਹੈ, ਉਹ ਵੀ ਵੱਖਰੀ ਚੀਜ਼ ਹੈ। ਬਾਬੇ ਨੇ ਬਚਨ ਕੀਤਾ ਨਾ ਪ੍ਰੀਤਾ ਖਾਕ ਨਾ ਨਿੰਦੀ ਹੈ, ਖਾਕੂ ਗੇਟ ਨਾ ਕੋਈ, ਜੀਵ ਦੀਆਂ ਪੈਰਾਂ ਤਲੇ ਮੋਇਆ ਉੱਪਰ ਹੋਏ। ਰੇਤ ਦਾ ਜੇ ਤੁਸੀਂ ਘਰ ਬਣਾਓਗੇ, ਰੇਤ ਦੀ ਦੀਵਾਰ ਬਣਾਓਗੇ, ਬਹੁਤਾ ਸਮਾਂ ਉਹ ਟਿਕੇਗੀ ਨਹੀਂ ਖਾਵੇ। ਤੇ ਬਾਲੂ ਕਹਿੰਦੇ ਮਿੱਟੀ ਨੂੰ, ਹੁਣ ਇਹ ਸਰੀਰ ਮਿੱਟੀ ਦਾ ਘਰ। ਬਲੂਆ ਕੇ ਗ੍ਰਹਿ ਪੀਤਰ ਬਸੈ, ਇਹ ਮਿੱਟੀ ਦੇ ਘਰ ਚ ਵਸਦਾ ਹੈ। ਹੁਣ ਕਰਦਾ ਕੀ ਹੈ ਜੀ? ਆਨੰਦ ਕੇਲ ਮਾਇਆ ਰੰਗ ਰਸ ਹੈ, ਇਹ ਮਾਇਆ ਦੀਆਂ ਖੇਡਾਂ ਚ ਮਸਤ ਹੈ। ਘਰ ਮਿੱਟੀ ਦਾ ਔਰ ਮਾਇਆ ਦੀਆਂ ਖੇਡਾਂ ਵਿੱਚ ਮਸਤ ਹੈ। ਖੇਡਾਂ ਕ ਮਸਤ ਹੈ ਜੀ? ਦ੍ਰਿੜ ਕਰ ਮਾਨ ਮਨ ਹੈ ਪ੍ਰਤੀ, ਇੰਨਾ ਇਹਨੂੰ ਵਿਸ਼ਵਾਸ ਹੈ ਦ੍ਰਿੜਤਾ ਦੇ ਨਾਲ ਵੀ ਜਿਹੜੀਆਂ ਮੈਂ ਖੇਡਾਂ ਖੇਡ ਰਿਹਾ ਇਹ ਸਦਾ ਹੀ ਰਹਿਣੀਆਂ, ਪੱਕੀਆਂ ਹੀ ਖੇਡਾਂ। ਕਾਲ ਨਾ ਆਵੇ ਮੂੜੇ ਚੀ, ਮੂਰਖ ਨੂੰ ਚੇਤਾ ਹੀ ਨਹੀਂ ਵੀ ਮਰਨਾ ਵੀ ਹੈ, ਮੂਰਖ ਨੂੰ ਚੇਤੇ ਹੀ ਨਹੀਂ ਹੈ ਵੀ ਜਾਣਾ ਵੀ ਹੈ, ਮੂਰਖ ਨੂੰ ਚੇਤੇ ਹੀ ਨਹੀਂ ਆ ਰੱਬ ਦੇ ਘਰੋਂ ਸਦਾ ਵੀ ਆਉਣਾ ਹੈ। ਪਰ ਪੜ੍ਹਦੇ ਤੇ ਰੋਜ਼ ਆ। ਘਰ ਕਰੇ ਦੋ ਪਹੁੰਚਾ ਸਦੜੇ ਨਿਤ ਪਵਾਨਾ, ਹੁਣ ਪੜ੍ਹਦੇ ਹਾਂ ਕਦੇ ਖਿਆਲ ਆਇਆ ਕਿ ਮੌਤ ਦਾ ਸਦਾ ਤੇ ਮੇਰੇ ਘਰ ਵੀ ਆਉਣਾ, ਜਿਦਨ ਆ ਗਿਆ ਉਦਨ ਜਾਣਾ ਪੈਣਾ। ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ, ਧਰੋਹ ਠੱਗੀ ਨੂੰ ਕਹਿੰਦੇ। ਹੁਣ ਇਹ ਜਿੰਨੀਆਂ ਵੀ ਗੱਲਾਂ ਆਈਆਂ ਨੇ ਹਜ਼ੂਰ ਫਰਮਾਨ ਕਰਦੇ ਨੇ, ਇਹ ਆਹੂ ਜੁਗਤ ਬਿਹਾਨੇ ਕਈ ਜਾਨਮ। ਬੰਦੇ ਨੇ ਇਸ ਤਰੀਕੇ ਇਸ ਜੁਗਤ ਕਿੰਨੇ ਹੀ ਜੀਵਨ ਬਤੀਤ ਕਰ ਦਿੱਤੇ, ਬੈਰ ਵਿਰੋਧ ਵਿੱਚ, ਕਾਮ ਕ੍ਰੋਧ ਵਿੱਚ, ਮੋਹ ਵਿੱਚ, ਝੂਟ ਵਿੱਚ ਔਰ ਠੱਗੀ ਵਿੱਚ, ਲੋਭ ਵਿੱਚ, ਕਿਤਨਾ ਹੀ ਸਮਾਂ ਦਾ ਗੁਜ਼ਰ ਗਿਆ, ਵਿਕਾਰਾਂ ਚ ਗੁਜ਼ਰ ਗਿਆ।
ਫਿਰ ਸਤਿਗੁਰ ਨੇ ਅਰਦਾਸ ਕੀਤੀ, ਨਾਨਕ ਰੱਖ ਲੈ ਆਪਨ ਕਰ ਕਰਮਾ, ਇੱਥੇ ਕਰਮ ਤੋਂ ਭਾਵ ਹੈ ਬਖਸ਼ਿਸ਼। ਹੇ ਨਾਨਕ ਆਖ ਮਾਲਕ ਜੀ, ਤੁਸੀਂ ਆਪਣੀ ਬਖਸ਼ਿਸ਼ ਕਰਕੇ ਇਹਨੂੰ ਰੱਖ ਲਓ, ਤੇ ਤੁਹਾਡੀ ਬਖਸ਼ਿਸ਼ ਤੋਂ ਬਿਨਾਂ ਇਹਦਾ ਜੀਵਨ ਸਫਲ ਨਹੀਂ ਹੋਣਾ। ਜਿਵੇਂ ਮਾਂ ਨਹੀਂ ਕਹਿੰਦੀ ਜਾਣ ਬੁੱਝੋ ਗੁੱਸਾ ਛੱਡ ਦਿਓ, ਬਾਪ ਦਾ ਸੁਭਾਅ ਤੱਤਾ ਹੁੰਦਾ ਹੈ, ਸਾਹਿਬ ਦੀ ਬਾਣੀ ਕਹਿੰਦੀ ਹੈ ਮਾਂ ਦਾ ਸੁਭਾਅ ਤੱਤਾ ਨਹੀਂ ਹੁੰਦਾ, ਬਹੁਤ ਘੱਟ। ਮਾਂ ਔਰਤ ਨੂੰ ਸਤਿਗੁਰੂ ਜੀ ਨੇ ਬਾਣੀ ਚ ਵੀ ਬਚਨ ਕੀਤਾ, ਕੁਦਰਤੀ ਹੀ ਔਰਤ ਦੇ ਅੰਦਰ ਮਾਲਕ ਨੇ ਦਇਆ ਬੜੀ ਪਾਈ ਹੈ, ਦਿਆਲੂ ਸੁਭਾਅ ਦੀ। ਪਰ ਬਾਪ ਜਿਹੜਾ ਬੜਾ ਸਖ਼ਤ ਸੁਭਾਅ ਹੈ, ਹਜ਼ੂਰ ਨੇ ਬਚਨ ਕੀਤਾ ਕਰ ਉਪਦੇਸ਼ ਝਿੜਕੈ ਬਹੁ ਭਾਤੀ, ਕੌਣ ਪਿਤਾ ਕਾਲ ਲਾਵੈ। ਉਹ ਝਿੜਕਦਾ ਵੀ ਹੈ ਤੇ ਕਈ ਵਾਰੀ ਝਿੜਕ ਜ਼ਿਆਦਾ ਵੀ ਹੋ ਜਾਂਦੀ ਹੈ, ਪਰ ਖਿਆਲ ਰੱਖਣਾ ਮੁੜ ਕੇ ਗੱਲ ਦੇ ਨਾਲ ਵੀ ਬਾਪ ਹੋ। ਹੁਣ ਅਗਲੀ ਗੱਲ ਜੀ, ਸਤਿਗੁਰੂ ਪਾਤਸ਼ਾਹ ਜੀ ਨੂੰ ਸਮਾਰਕ ਦੇ ਚਰਨਾਂ ਚੋਂ ਸਾਰੀ ਸੱਤੇ ਪਦਿਆਂ ਦੀ ਵਿਚਾਰ ਤੋਂ ਬਾਅਦ ਫਿਰ ਦਾਤਾ ਜੀ ਨੂੰ ਦੇ ਚਰਨਾਂ ਚ ਇੱਕ ਅਰਦਾਸ ਕੀਤੀ ਔਰ ਫਰਮਾਇਆ ਤੂੰ ਠਾਕੁਰ ਤੂੰ ਪਹਿਲੇ ਅਰਦਾਸ, ਤੂੰ ਠਾਕੁਰ ਤੁਮ ਭਏ ਪਾਠ ਨਹੀਂ ਹੈ, ਤੂੰ ਪਹਿ ਅਰਦਾਸ ਹੈ। ਖਿਆਲ ਮਨ ਤੂੰ ਮੇਰਾ ਖਸਮ ਹੈ, ਤੂੰ ਮੇਰਾ ਮਾਲਕ ਹੈ ਔਰ ਤੇਰੇ ਅੱਗੇ ਮੇਰੀ ਅਰਦਾਸ ਹੈ। ਜੀਉ ਪਿੰਡ ਸਭ ਤੇਰੀ ਰਾਸ, ਜਿੰਦ ਤੇ ਪਿੰਡ ਜੀਵਾਤਮਾ ਔਰ ਸਰੀਰ ਦਾਤਾ ਇਹ ਤੇਰੀ ਦਿੱਤੀ ਹੋਈ ਰਾਸ ਪੂੰਜੀ ਹੈ। ਤੂੰ ਮਾਤ ਪਿਤਾ, ਤੂੰ ਮੇਰਾ ਮਾਤਾ ਹੈ, ਤੂੰ ਮੇਰਾ ਪਿਤਾ ਹੈ। ਹਮ ਬਾਲਕ ਤੇਰੇ, ਬਾਲਕ ਨਹੀਂ ਹੈ ਪਾਠ, ਸ਼ੁੱਧ ਪਾਠ ਹੈ ਹਮ ਬਾਲਕ ਤੇਰੇ। ਪਾਤਸ਼ਾਹ ਅਸੀਂ ਤੇਰੇ ਬਾਲਕ ਹਾਂ, ਅਸੀਂ ਤੇਰੇ ਬੱਚੇ ਹਾਂ, ਤੂੰ ਸਾਡਾ ਮਾਂ ਬਾਪ ਹੈ। ਬੱਚੇ ਗਲਤੀਆਂ ਕਰਦੇ ਨੇ, ਮਾਂ ਬਾਪ ਉਹਨਾਂ ਦੀਆਂ ਗਲਤੀਆਂ ਨੂੰ ਸੁਧਾਰਦੇ ਨੇ, ਬੱਚੇ ਭੁੱਲਾਂ ਕਰਦੇ ਨੇ, ਮਾਂ ਬਾਪ ਉਹਨਾਂ ਦੀਆਂ ਭੁੱਲਾਂ ਨੂੰ ਬਚਦੇ ਨੇ, ਪਰ ਖਿਆਲ ਰੱਖਣਾ ਅੱਗੇ ਰਾਹ ਵੀ ਦਿਖਾਉਂਦੇ ਨੇ ਮਾਂ ਬਾਪ। ਹੁਣ ਧੀ ਪੁੱਤ ਨੂੰ ਚਾਹੀਦਾ ਹੈ ਜੇ ਮਾਂ ਬਾਪ ਨੇ ਕੋਈ ਗਲਤੀ ਜਾਂ ਕੋਈ ਭੁੱਲ ਬਖਸ਼ਤੀ ਹੈ ਅੱਗੇ ਰਾਹ ਦੱਸਿਆ, ਉਸ ਰਾਹ ਦੇ ਮੁਤਾਬਕ ਤੁਰ ਕੇ ਆਪਣਾ ਜੀਵਨ ਸਵਾਰਨ ਵਾਲਾ ਬਣੇ। ਤੁਮਰੀ ਕਿਰਪਾ ਮੈਂ ਸੋਕ ਕਨੇਰੇ, ਦਾਤਾ ਤੇਰੀ ਕਿਰਪਾ ਤੇਰੀ ਮਿਹਰ ਚ ਬੜੇ ਸੁੱਖ ਨੇ, ਇਸ ਕਰਕੇ ਜੀਵਨ ਦੇ ਅੰਦਰ ਕੋਸ਼ਿਸ਼ ਕਰੀਏ ਉਸ ਮਾਲਕ ਦੀ ਮਿਹਰ ਦੇ ਪਾਤਰ ਬਣੀਏ। ਤੇ ਜਪਜੀ ਦੀ ਬਾਣੀ ਤੁਸੀਂ ਰੋਜ਼ ਪੜ੍ਹਦੇ ਹੋ, ਜੇ ਤਿਸ ਨਜ਼ਰ ਨਾ ਆਵਈ ਤਾਂ ਵਾਤ ਨਾ ਪੁੱਛੇ ਕੇ। ਅਗਲੀ ਗੱਲ ਸਾਹਿਬ ਕਹਿੰਦੇ ਕੋਈ ਨਾ ਜਾਣੈ ਤੁਮਰਾ ਅੰਤ, ਦਾਤਾ ਤੇਰਾ ਅੰਤ ਕੋਈ ਨਹੀਂ ਜਾਣਦਾ। ਕੀ ਪੜ੍ਹਦੇ ਆ ਜਪਜੀ ਦੀ ਬਾਣੀ ਚ, ਅੰਤ ਕਾਰਨ ਕੇਤੇ ਮਿਲਵਾਹੇ ਤਾਂ ਕਿ ਅੰਤ ਨਾ ਪਾਏ ਜਾਏ। ਅਗਲੀ ਪੰਕਤੀ ਨੂੰ ਧਿਆਨ ਦੇਣਾ ਜੀ ਥੋੜਾ, ਉੱਚੇ ਤੇ ਉੱਚਾ ਭਗਵੰਤ ਸੇ ਪਾਠ ਨਹੀਂ ਹੈ। ਜਦੋਂ ਅਸੀਂ ਗੁਟਕਾ ਲੈ ਕੇ ਬੈਠੇ ਹਾਂ ਤੇ ਉੱਚੇ ਤੇ ਉੱਚਾ ਪੜ੍ਹਦੇ ਹਾਂ, ਗੁਟਕਾ ਪਾਸੇ ਕਰਕੇ ਉਦੋਂ ਅਰਦਾਸ ਚਾਹੁੰਦੇ ਹਾਂ ਫਿਰ ਉੱਚੇ ਸੇ ਉੱਚਾ ਪੜ੍ਹਦੇ ਨੇ, ਦੋਨੋਂ ਵਾਰੀ ਇਹ ਵੀ ਗੱਲ ਨਾ। ਅਰਦਾਸ ਕਰਨ ਵਾਲਾ ਆਪਣੇ ਸ਼ਬਦ ਵੱਲ ਧਿਆਨ ਦਿੰਦਾ ਹੈ ਤੇ ਨਾ ਹੀ ਜਿਹੜੀ ਨਾਲ ਸੰਗਤ ਪੜ੍ਹਦੀ ਹੈ ਉਹ ਧਿਆਨ ਦਿੰਦੀ ਹੈ। ਜਦੋਂ ਕੀ ਚਾਹੀਦਾ ਰਿਹਾ ਸਾਨੂੰ ਦੋਨਾਂ ਨੂੰ ਇੱਕ ਦੂਜੇ ਦੀਆਂ
ਗੱਲਾਂ ਵੱਲ ਧਿਆਨ ਦੇਣਾ ਚਾਹੀਦਾ। ਉਹ ਸਾਹਿਬ ਨੇ ਮਤਲਬ ਕੀਤਾ, ਉੱਚੇ ਤੇ ਉਚਾਰ ਭਗਵੰਤ ਸਾਗਲ ਸਮਗਰੀ ਤੋਮਰ ਸ਼ੁਕਰ ਧਾਰੇ। ਜਿੰਨੀ ਵੀ ਸਮੱਗਰੀ ਹੈ ਸਾਰੀ ਤੇਰੇ ਸੂਤਰ ਚ ਪੜੋਤੀ ਹੋਈ ਹੈ। ਹੁਣ ਤੁਸੀਂ ਵੇਖੋ ਇਹ ਸ਼ਬਦ ਤਾਂ ਆਪਾਂ ਹਰ ਰੋਜ਼ ਪੜ੍ਹਦੇ ਹਾਂ, ਸਵੇਰੇ ਵੀ ਸ਼ਾਮ ਨੂੰ ਵੀ ਦੁਪਹਿਰੇ ਵੀ। ਸਗਲ ਸਮੱਗਰੀ ਤੁਮਰੇ ਸੂਤਰ ਧਾਰੀ, ਪਰ ਉਹ ਸੂਤਰ ਕਿਹੜਾ ਹੈ ਜੀ? ਕਿਹੜਾ ਸੂਤਰ ਹੈ ਜਿਹਦੇ ਚ ਉਹਨੇ ਸਾਰੀ ਸਮੱਗਰੀ ਨੂੰ ਬੰਨਿਆ ਹੋਇਆ? ਉਹ ਹੁਕਮ ਦਾ ਸੂਤਰ ਹੈ ਕਿਹੜਾ? ਉਹਨੇ ਸਾਰੀ ਕਾਇਨਾਤ ਨੂੰ ਆਪਣੇ ਹੁਕਮ ਚ ਬੱਜਿਆ ਹੋਇਆ। ਤੁਮ ਤੇ ਹੋਏ ਸੋ ਆਗਿਆਕਾਰੀ। ਹੁਣ ਇੱਥੇ ਵੀ ਪਾਠ ਸੇ ਕਰਦੇ ਨੇ, ਸੇ ਨਹੀਂ ਕਰਨਾ। ਤੁਮ ਤੇ ਹੋਏ ਸੋ ਆਗਿਆਕਾਰੀ ਦਾਤਾ, ਤੁਮ ਤੇ ਹੋਏ। ਹੁਣ ਇਹ ਸਾਰੀ ਸਮੱਗਰੀ ਤੇਰੇ ਤੋਂ ਬਣੀ ਹੈ, ਇਸ ਕਰਕੇ ਤੇਰੇ ਨਿਯਮ ਚ, ਤੇਰੇ ਹੁਕਮ ਚ। ਜਿਵੇਂ ਬੰਦੇ ਨੇ ਜਿਹੜੀਆਂ ਚੀਜ਼ਾਂ ਬਣਾਈਆਂ ਉਹ ਬੰਦੇ ਦੇ ਕੰਟਰੋਲ ਚ ਨੇ। ਫਿਰ ਬੰਦਾ ਕਹਿੰਦਾ ਕੰਮ ਕਰੋ, ਆਪਣਾ ਰਿਮੋਟ ਤੁਸੀਂ ਆਪੇ ਕੰਟਰੋਲ ਕਰ ਲਓ। ਦੇਖਦਾ ਨਾ ਬੰਦੇ ਨੂੰ ਰਿਮੋਟ ਸਾਡੇ ਹੱਥ ਵਿੱਚ, ਤੇ ਜਿਹਦੇ ਹੱਥ ਵਿੱਚ ਰਿਮੋਟ ਹੈ ਉਹਦੇ ਹੱਥ ਵਿੱਚ ਕੰਟਰੋਲ ਹੈ। ਇਹ ਗੱਲ ਬੰਦਿਆਂ ਤੇ ਵੀ ਟੁੱਕਦੀ ਹੈ, ਕਈ ਵਾਰ ਕਹਿੰਦੇ ਇਹਦਾ ਤਾਂ ਰਿਮੋਟ ਕੋਈ ਹੋਰ ਹੈ, ਪਾਪੇ ਨੂੰ ਕੋਈ ਹੋਰ ਚਲਾ ਰਹੇ। ਇਹ ਵੀ ਗੱਲ ਨਾ ਸਤਿਗੁਰ ਨੇ ਮਤਲਬ ਕੀਤਾ, ਤੁਮਰੀ ਆਤਮੇ ਚ ਤੁਮ ਹੀ ਜਾਨੀ, ਨਾਨਕ ਦਾ ਸਦਾ ਕੁਰਬਾਨੀ। ਮਾਲਕਾ ਤੇਰੀ ਪਹੁੰਚ ਤੇਰਾ ਅੰਦਾਜ਼ਾ ਦੱਸਿਆ ਨਹੀਂ ਜਾ ਸਕਦਾ, ਤੂੰ ਹੀ ਜਾਣਦਾ। ਨਾਨਕ ਦਾਸ ਸਦਾ ਕੁਰਬਾਨੀ, ਦਾਸ ਨਾਨਕ ਤੇਰੇ ਤੋਂ ਸਦਾ ਕੁਰਬਾਨ ਜਾਂਦਾ, ਤੇਰੇ ਤੋਂ ਸਦਕੇ ਜਾਂਦਾ। ਜਿਵੇਂ ਅਸੀਂ ਰੋਜ਼ ਜਪਜੀ ਦੀ ਬਾਣੀ ਵਿੱਚ ਵੀ ਪੜ੍ਹਦੇ ਹਾਂ ਨਾ, ਕੁਦਰਤ ਕਵਣ ਕਹਾਂ ਵੀ ਚਾਰ ਵਾਰਿਆਂ ਨਾ ਜਾਵਾਂ, ਇੱਕ ਵਾਰ ਜੋ ਭਾਵੈ ਸਾਈ ਪਲੀਤਾ, ਤੂੰ ਸਦਾ ਸਲਾਮਤ ਰੱਖਾ। ਸਤਿਗੁਰੂ ਪਾਤਸ਼ਾਹ ਮਿਹਰ ਕਰਨ, ਸਾਡੀਆਂ ਅਰਦਾਸਾਂ ਸਾਡੀਆਂ ਬੇਨਤੀਆਂ ਮਾਲਕ ਦੇ ਦਰ ਪ੍ਰਵਾਨ ਹੋਣ, ਔਰ ਅਸੀਂ ਮਾਲਕ ਦੇ ਦਰੋਂ ਕਰੋ ਉਪਦੇਸ਼ ਲੈ ਕੇ ਗੁਰਮੁਖਾਂ ਦੀ ਰਾਹ 'ਤੇ ਤੁਰਦੇ ਹੋਏ ਆਪਣਾ ਲੋਕ ਪ੍ਰਲੋਕ ਸਵਾਰਨ ਵਾਲਾ, ਆਪਣੇ ਜੀਵਨ ਨੂੰ ਸਵਾਰਨ ਵਾਲੇ ਬਣ ਸਕੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਮੇਰੀ ਝੋਲੀ ਪਾ ਦੇਣੀਆਂ। ਉਪਦੇਸ਼ ਗੁਰੂ ਕਰਨਾ ਸੋਨਾ ਬਖਸ਼ੋ ਸ਼ੀਸ਼ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ।